ਸਰ ਕੀ ਨਾਂ ਜੀ ਆਪਣਾ? ਮੇਰਾ ਨਾਂ ਜੀ ਸੁਖਦਰ ਮੇਜਰ ਬਹਾਦਰ ਸਿੰਘ। ਤੁਸੀਂ ਪਿੰਡ 'ਚ ਇੱਥੇ ਆਏ ਸੀਗੇ, ਜਿਸ ਤਰ੍ਹਾਂ ਲੋਕਾਂ ਦਾ ਇੱਕ ਐਲੀਗੇਸ਼ਨ ਹੈਗਾ ਕਿ ਤੁਸੀਂ ਜਿਹੜੇ ਕੰਮ ਲੇਡੀਜ਼ ਵਰਕ ਕਰ ਰਹੀਆਂ ਸੀਗੀਆਂ ਉਹਨਾਂ ਨਾਲ ਧੱਕਾ ਮੁੱਕੀ ਕੀਤੀਆਂ, ਗਾਲਾਂ ਵਗੈਰਾ ਕੱਢੀਆਂ ਹੈ? ਨਹੀਂ ਸਰ, ਅਸੀਂ ਕੋਈ ਕਿਸੇ ਨਾਲ ਨਹੀਂ ਕੀਤੀ। ਅਸੀਂ ਸਿਰਫ ਆਇਆ, ਸਾਡਾ ਕੰਮ ਹੈ ਲੇਬਰ ਨੂੰ ਚੈੱਕ ਕਰਨਾ, ਲੇਬਰ ਕਾਰਡ ਚੈੱਕ ਕਰਨਾ ਕਿੰਨੀ ਲੇਬਰ ਲੱਗੀ ਹੈ, ਮਟੀਰੀਅਲ ਠੀਕ ਪੈ ਰਿਹਾ। ਅਸੀਂ ਜਿਲ੍ਹੇ ਆਏ ਹਾਂ ਅਤੇ ਅਸੀਂ ਇਹਨਾਂ ਨੂੰ ਪੁੱਛਿਆ, ਛੇ ਤਰੀਕ ਦਾ ਕੰਮ ਲਾ, ਇਹਨੇ ਲੇਬਰ ਕਾਰਡ ਪੁੱਛਿਆ, ਕਿਸੇ ਨੇ ਲੇਬਰ ਕਾਰਡ ਨਹੀਂ ਦਿੱਤਾ ਹੁੰਦਾ। ਇਹ ਸਰਪੰਚ ਦਾ ਘਰ ਵਾਲਾ ਹੈ, ਘਰ ਵਾਲਾ ਇਹ ਕਹਿੰਦਾ ਤਰਸੇਮ ਲਾਲ, ਇਹ ਕਹਿੰਦਾ ਵੀ ਮੈਨੂੰ ਨਹੀਂ ਪਤਾ। ਅੱਛਾ, ਅਸੀਂ ਇਹਨੂੰ ਬੋਲਿਆ ਵੀ ਤੂੰ ਲੇਬਰ ਕਾਰਡ, ਕਹਿੰਦਾ ਕਈ ਦੇ ਬਣੇ ਦੇ ਕਈ ਦੇ ਨਹੀਂ ਬਣੇ ਦੇ। ਮੈਂ ਕਿਹਾ ਜਿਹਦੇ ਨਹੀਂ ਬਣੇ ਤਾਂ ਬਣਾ ਲਓ। ਅੱਛਾ, ਇਹ ਗੱਲ ਹੁੰਦੀ ਰਹੀ, ਇਹਨੇ ਕਦੇ ਵੀ ਸਾਨੂੰ ਸਹੀ ਜਵਾਬ ਨਹੀਂ ਦਿੱਤਾ ਜਦੋਂ ਵੀ ਆਏ ਅਸੀਂ। ਅਤੇ ਇਹਨੂੰ ਅਸੀਂ ਪੁੱਛਿਆ ਕਿ ਇਹ ਜਿਹੜਾ ਤੂੰ ਵਜਰਾ ਪਾਇਆ ਇਹਦੇ 'ਚ ਥੋੜ੍ਹਾ ਰੇਤਾ ਅਤੇ ਸੀਮਟ ਪੈਂਦਾ, ਕਹਿੰਦਾ ਤੁਸੀਂ ਕੌਣ ਪੁੱਛਣ ਵਾਲੇ? ਮੈਂ ਬੋਲਿਆ ਅਸੀਂ ਜੀ ਜੀ। ਬੋਲਿਆ ਤੁਹਾਡੇ ਕੋਲ ਕੀ ਪਰੂਫ ਹੈ? ਅਸੀਂ ਕਾਰਡ ਕੱਢ ਕੇ ਦੱਸੇ ਸਾਰਿਆਂ ਨੂੰ, ਅਤੇ ਇਹ ਸਾਡੇ ਕੋਲ। ਫਿਰ ਇਹਨੂੰ ਪੁੱਛਿਆ ਵੀ ਤੂੰ ਦੱਸ ਤੇਰੇ ਕੋਲ ਕੀ ਕਾਰਡ ਹੈ? ਕਹਿੰਦਾ ਵੀ ਜਾਓ ਜਿੱਥੇ ਡੀ ਸੀ ਰਿਪੋਰਟ ਕਰਨੀ ਕਰੋ, ਜਿੱਥੇ ਡੀ ਸੀ ਰਿਪੋਰਟ ਕਰਨੀ ਕਰੋ। ਮੈਂ ਨਹੀਂ ਜਾਂਦਾ ਤੁਹਾਨੂੰ, ਤੁਸੀਂ ਕੌਣ? ਸਰਪੰਚ ਦੀ ਪਾਵਰ ਜ਼ਿਆਦਾ ਕਿ ਜੀ ਦੀ ਜ਼ਿਆਦਾ? ਮੈਂ ਕਿਹਾ ਸਾਨੂੰ ਨਹੀਂ ਪਤਾ ਕਿਹਦੀ ਜ਼ਿਆਦਾ। ਇਹਨੇ ਲਲਕਾਰਾ ਮਾਰਿਆ ਜੀ ਮੁੰਡਿਆਂ ਨੂੰ, ਕਹਿੰਦਾ ਫੜ ਲਓ ਇਹਨਾਂ ਨੂੰ ਜੀ। ਉਹ ਭੈਣ ਭਰਾ ਇਹਨੂੰ ਤਾਂ ਕਰਤਾ, ਮੈਂ ਡੇ ਪਿਆ ਥੱਲੇ ਦਾ। ਅਸੀਂ ਚੁੱਪ ਚਾਪ ਚੱਲ ਗਏ ਸਰ। ਇਹ ਮਗਰ ਗਾਲਾਂ ਗੁਲਾਂ ਕੱਢਦੇ ਜੀ, ਇਹ ਜਨਾਨੀ ਜੋ ਮਰਜ਼ੀ ਬੋਲਦੀ ਰਹਿੰਦੀ ਸਰ। ਇਹ ਗੱਲ ਹੈ ਸਰ, ਸਾਡਾ ਵਾਸਤੇ ਕੀ ਵਰਕ ਹੈਗਾ ਪਿੰਡਾਂ 'ਚ ਜਾ ਕੇ, ਅਸੀਂ ਕੀ ਚੈੱਕ ਕਰ ਸਕਦੇ, ਕਿਸ ਤਰ੍ਹਾਂ ਕੀ ਹੈਗਾ? ਦੇਖੋ ਸਰ, ਸਾਨੂੰ ਸਕੀਮਾਂ ਜਿਹੜੀਆਂ ਦਿੱਤੀਆਂ ਰਿਟਨ 'ਚ ਦਿੱਤੀਆਂ ਡੀ ਸੀ ਸਾਹਿਬ ਨੇ, ਉਹ ਅਸੀਂ ਚੈੱਕ ਕਰਦੇ ਸਰ। ਠੀਕ ਹੈ, ਜਿੱਦਾਂ ਮਨਰੇਗਾ ਦਾ ਕੰਮ ਹੈ, ਪੰਚਾਇਤ ਦਾ ਕੰਮ ਹੈ, ਸਕੂਲ ਆਂਗਣਵਾੜੀ ਹੈ, ਪ੍ਰਾਇਮਰੀ ਸਕੂਲ ਹੈ, ਹਾਈ ਸਕੂਲ ਹੈ, ਮਿਡ ਡੇ ਜਿਹਦਾ ਰਾਸ਼ਨ ਬੰਦਾ, ਉਹ ਚੈੱਕ ਕਰਦੇ ਸਰ। ਰੋਡ ਦਾ ਕੰਮ ਵੀ ਦਿੱਤਾ ਸਰ, ਕਿ ਰੋਡ ਬਣਦੇ ਸੀ ਕਿੰਨਾ ਮਤਲਬ ਪੈ ਰਿਹਾ, ਕੀ ਮੀਟਿੰਗ ਵੀ ਪੈ ਰਿਹਾ, ਕਿਹੜੇ ਕਿਹੜੇ ਰੋਡ ਬਣੇ ਹੁੰਦੀਆਂ ਰਿਪੋਰਟਾਂ ਬਹੁਤ ਅਸੀਂ ਪਾਉਂਦੇ ਸਰ। ਮੰਡੀ 'ਚ ਅਸੀਂ ਜਿੰਨੇ ਚੈੱਕ ਕਰਨ, ਦਾਣਾ ਮੰਡੀ ਚੈੱਕ ਕਰਨ ਜਾਂਦੇ ਹਾਂ ਸਰ। ਜਿੱਥੇ ਕੰਮ ਠੀਕ ਨਹੀਂ ਹੁੰਦਾ ਤੁਸੀਂ ਕੀ ਕਰਦੇ? ਅਸੀਂ ਰਿਪੋਰਟ ਪਾਉਂਦੇ ਹਾਂ ਸਰ, ਸਾਡੀ ਰਿਪੋਰਟ ਜਾਂਦੀ ਸਰ, ਅਸੀਂ ਸਿੱਧੇ ਚੰਡੀਗੜ੍ਹ ਪਾਉਂਦੇ ਹਾਂ, ਉਹ ਰਿਪੋਰਟ ਹੈ ਜਿਹੜੀ ਸਾਹਿਬ ਕੋਲ ਆਈ, ਸਾਡੇ ਬ੍ਰਿਗੇਡੀਅਰ ਸਾਹਿਬ ਕੋਲ ਆਈ ਜਾਂਦੀ। ਜਿਸ ਤਰ੍ਹਾਂ ਸਾਰਾ ਇਹ ਪਿੰਡ ਇਕੱਠਾ ਹੋਇਆ, ਤੁਹਾਡੇ 'ਤੇ ਇਹੀ ਐਲੀਗੇਸ਼ਨ ਜਿਹੜਾ ਸਾਰਾ ਇਹ ਬਿਲਕੁਲ ਝੂਠਾ ਲਾ ਰਹੇ ਨੇ ਸਾਡੇ 'ਤੇ। ਕੋਈ ਨਹੀਂ ਮਤਲਬ, ਕਿਉਂਕਿ ਇਹ ਸਾਨੂੰ ਬੋਲਦਾ ਵੀ ਇੱਥੇ ਤੁਹਾਨੂੰ ਕੁਛ ਨਹੀਂ ਲੱਭਣਾ ਅਤੇ ਨਾ ਤੁਹਾਨੂੰ ਇੱਥੇ ਮਿਲਣਾ ਕੁਛ। ਇਹ ਇੱਕ ਮਤਲਬ ਸਰਪੰਚ ਇੱਥੇ ਆਏ ਤੋਂ ਸਾਨੂੰ ਬੋਲੇ ਸਰਪੰਚ, ਇਹਦਾ ਦੀ ਵੈਲਿਊ ਕੋਈ ਨਹੀਂ ਸਰ ਜਿਹੜੇ 'ਤੇ ਸਾਨੂੰ ਬੋਲਦਾ। ਜੀ ਉਹ ਜਿਹਦੇ ਵਿੱਚ ਕਿੰਨੀ ਕੁ ਉਮਰ ਜਿਹੜੀ ਹੈ ਉਹ ਤੈਅ ਕੀਤੀ ਗਈ ਹੈ ਕਿ ਅਸੀਂ ਕੰਮ ਕਰ ਸਕਦੇ ਸਰ? ਜਿਹੜੇ ਇਸ ਟਾਈਮ 'ਤੇ ਰੱਖੇ ਨਾ, ਅੱਗੇ ਤੈਅ ਹੋਏ ਪਤਾ ਨਹੀਂ, ਇਸ ਟਾਈਮ 'ਤੇ ਕੋਈ ਉਮਰ ਨਹੀਂ ਤੈਅ ਕੀਤੀ ਸਰ। ਤੁਹਾਡੀ ਕਿੰਨੀ ਕੁ ਉਮਰ ਹੈਗੀ ਇਸ ਵੇਲੇ? ਮੇਰੀ 73 ਸਰ। ਮੈਂ ਤਿਲਕ ਰਾਜ ਯਤਰੀ, ਸਾਬਕਾ ਸਰਪੰਚ ਸੁਜਾਨਪੁਰ ਦਿਹਾਤੀ ਔਰ ਜ਼ਿਲ੍ਹਾ ਪੰਚਾਇਤ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪਠਾਨਕੋਟ। ਅੱਜ ਪੰਜੋਰ ਪਿੰਡ ਦੇ ਵਿੱਚ ਮਨਰੇਗਾ ਦਾ ਕੰਮ ਲੱਗਾ ਸੀ, ਜਿਹਦੇ ਵਿੱਚ ਮਨਰੇਗਾ ਦੀ ਜਾਬ ਕਾਰਡ ਹੋਲਡਰ ਲੇਡੀਜ਼ ਔਰ ਜੈਂਟਸ ਸਾਰੇ ਕੰਮ ਕਰ ਰਹੇ ਸੀਗੇ। ਇਸ ਦੇ ਸੰਬੰਧ ਵਿੱਚ ਜੀਓ ਜੀ ਦੀ ਟੀਮ ਦੇ ਕੁਝ ਆਦਮੀ ਆਏ ਆ, ਉਹ ਆਣ ਕੇ ਜਿਹੜੀ ਲੇਬਰ ਲੱਗੀ ਦੀ ਸੀ ਉਹਨਾਂ ਦੇ ਨਾਲ ਗਾਲੀ ਗਲੋਚ ਕੀਤਾ, ਹੱਥਾਪਾਈ ਕੀਤੀ ਆ ਔਰ ਉਹਨਾਂ ਦੇ ਨਾਲ ਕਾਫੀ ਬਦਸਲੂਕੀ ਦੇ ਨਾਲ ਪੇਸ਼ ਆਏ ਆ। ਉਹ ਬਹੁਤ ਹੀ ਨਿੰਦਣਯੋਗ ਗੱਲ ਹੈ। ਅਸੀਂ ਚਾਹੁੰਦੇ ਹਾਂ ਵੀ ਇਹ ਜਿਹੜੇ ਜੋ ਇਹਨਾਂ ਨੇ ਵਾਕਿਆ ਅੱਜ ਕੀਤਾ ਆ, ਹਾਂ ਇਹਨਾਂ ਦੀ ਇੱਕ ਡਿਊਟੀ ਬਣਦੀ ਹੈ, ਜਿਹੜੀ ਵੀ ਡਿਊਟੀ ਸਰਕਾਰ ਨੇ ਲਾਈ ਆ ਵੀ ਆਣ ਕੇ ਜੇ ਕੰਮ ਠੀਕ ਨਹੀਂ ਹੈਗਾ ਸਾਡੀ ਸ਼ਿਕਾਇਤ ਪਾ ਸਕਦੇ ਆ, ਲੇਕਿਨ ਗਾਲੀ ਗਲੋਚ ਨਹੀਂ ਕਰ ਸਕਦੇ, ਹੱਥੋਂ ਪਾਈ ਨਹੀਂ ਹੋ ਸਕਦੇ, ਲੇਬਰ ਨੂੰ ਡਿਸਟਰਬ ਨਹੀਂ ਕਰ ਸਕਦੇ। ਇਸ ਕਰਕੇ ਸਾਡੀ ਬੇਨਤੀ ਆ ਵੀ ਪ੍ਰਸ਼ਾਸਨ ਇਹਨਾਂ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਏ, ਤਾਂ ਜੋ ਅਗਰ ਇਹਨਾਂ ਅਗੇਂਸਟ ਕੋਈ ਕਾਨੂੰਨੀ ਕਾਰਵਾਈ ਨਾ ਕੀਤੀ ਅਸੀਂ ਸੰਘਰਸ਼ ਕਰਾਂਗੇ ਔਰ ਸੜਕਾਂ 'ਤੇ ਉਤਾਂਗੇ ਔਰ ਜ਼ਿਲ੍ਹੇ ਦੇ ਵਿੱਚ ਕੰਮ ਬੰਦ ਕਰਾਂਗੇ। ਮੈਂ ਕਾਕੀ ਦੇਵੀ, ਪਿੰਡ ਪੰਜੋਰ ਦੀ ਸਰਪੰਚ। ਕੁਛ ਬੰਦੇ ਆਏ ਨੇ, ਨਰੇਗਾ ਦਾ ਕੰਮ ਲੱਗਾ ਸੀ, ਉਹਦੇ ਨਾਲ ਉਹਨਾਂ ਬੰਦਿਆਂ ਨਾਲ ਬਦਸਲੂਕੀ ਕੀਤੀ ਹੈ, ਗਾਲ ਮਾਲ ਕੱਢੀ ਹੈ ਔਰ ਮੇਰੇ ਬੰਦੇ ਨੂੰ ਵੀ ਧੱਕਾ ਖੋਈ ਕੀਤੀ ਹੈ, ਜਨਾਨੀਆਂ ਨੂੰ ਗਾਲਾਂ ਮੌਲਾਂ ਕੱਢੀਆਂ ਉਹਨਾਂ, ਇਹਦੇ ਨਾਲ ਹੱਥੋਂ ਖੋਈ ਠੀਕ ਢੰਗ ਨਾਲ ਹੋਈ ਹੈ। ਕੀ ਮੰਗ ਕੀ ਕਰਦੇ ਤੁਸੀਂ? ਆਹੀ ਮੰਗ ਕਰਨਾ ਵੀ ਇਹਦਾ ਸਖ਼ਤ ਸਗੋਂ ਸਖ਼ਤ ਕਾਰਵਾਈ ਕੀਤੀ ਜਾਏ।